ਲੋਕਲ ਹਰਿਆਣਾ ਮੀਡੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਨੇ ਜੈਵਰੀ ਡੋਲਾ ਕੀ ਰਾਮ ਰਾਮ ਭਾਈ ਆ ਫਰੇਮ ਮੈਂ ਦੇਖਣ ਲੱਗ ਰਹੇ ਹੋ ਅਮਿਤ ਬੋਸ ਨਰਵਾਣਾ ਔਰ ਵਰਲਡ ਮੈਂ ਬਜਾਣਾ ਤੋ ਭਾਈ ਪਹਿਲੇ ਵੀ ਬਹੁਤ ਸਾਰੇ ਆਪਣਾ ਚੈਨਲ ਪੈ ਇੰਟਰਵਿਊ ਆ ਲਈਏ ਭਾਈ ਕੀ ਸਾਦੀ ਹੋਲੀ ਇਬ ਦੁਬਾਰਾ ਫਿਰ ਭਾਈ ਦੋ ਆਏ تھے ਤੋ ਭਾਈ ਭਾਈ ਤੇ ਕਾਲ ਕਰ ਲਈ ਫਿਰ ਮਿਲੇ ਇਹ ਪੁੱਛਾ ਮੈਂ ਸਾਦੀ ਕੇ ਬਾਅਦ ਕਿਆ ਕੁਛ ਲਾਈਫ ਮੈਂ ਚੱਲ ਰਿਹਾ ਹੈ ਰੋਜ਼ ਸ਼ੋਪਿੰਗ ਚੱਲ ਰਹੀ ਹੈ ਉਹ ਜੋ ਨਾਰਾਲਾ ਕਿਲਾ ਬਤਾਉ ਡਿਗਾਏ ਤੋ ਇੰਡੀਆ ਰੀਅਲਟੀ ਮੈਂ ਤੋ ਭਾਈ ਰਾਮ ਰਾਮ ਅਮਿਤ ਭਾਈ ਸਾਹਿਬ ਰਾਮ ਰਾਮ ਭਾਈ ਸਾਹਿਬ ਨੂੰ ਕਹ

ऐसी लाइफ दे इनती मतलब जो सपना देखा करते दे लोग जानेंगे बहर फोटो लिया करेंगे एल ई डी में बहर विदेश में जो भाई बैठे हैं हाँ लगातार वीडियो देखे हैं भेजा है इंस्टाग्राम पे भी शेयर करे स्टोरी हाँ लावे हैं पचास पचास हजार सत्तर सत्तर हजार एक एक लाख आदमी शेयर कर रहे हैं तो भाई सबका जोड़ गया पैर पकड़ा दिल की कराने से धन्यवाद बड़े एंडी लाइफ बनाया दी शादी के बाद भाई साहब आप यूट्यूब पर तो छाए रहे थे शादी के बाद आपने रील ऐसी जिस हफ्ता में सात आठ रील गई वन मिलियन गई

ਬਹੁਤ ਸਾਰੀ ਬੀਚ ਹੈ ਕਿਲੇ ਹੈ ਅੱਛੇ ਅੱਛੇ ਮਤਲਬ ਹੈ ਸਪੋਰਟਸ ਐਕਟੀਵਿਟੀ ਹੋ ਗਈ ਠੀਕ ਹੈ ਪੈਰਾਗਲਾਈਡਿੰਗ ਵਗੈਰਾ ਹੋ ਗਈ ਫੰਕਸ਼ਨ ਕਰਾਂਗੇ ਪੂਰਾ ਮਤਲਬ ਘੁੰਮਣ ਦਾ ਅੱਛਾ ਏਰੀਆ ਮਤਲਬ ਹਾਂ ਵਧੀਆ ਹੈ ਮਤਲਬ ਗਰਮੀ ਤਾਂ ਹੈ ਥੋੜੀ ਹੈ ਲੇਕਿਨ ਨੂੰ ਫਿਰ ਕਈ ਚੀਜ਼ਾਂ ਐਡਜਸਟ ਕਰਨੀ ਪੜਦਾਂ ਥੋੜੀ ਬਹੁਤ ਗਰਮੀ ਵੀ ਜ਼ਰੂਰੀ ਹੈ ਨੂੰ ਤਾਂ ਖੇਤ ਮੈਂ ਕੰਮ ਕਰਾਂ ਜਿਵੇਂ ਕਿਸਾਨ ਨੇ ਕਿਸੇ ਰੋਜ਼ ਨੇ ਗਰਮੀ ਲਾ ਦੇ ਐਸੀ ਕੋਈ ਬਾਤ ਨਹੀਂ ਤਾਂ ਸਿਚੁਏਸ਼ਨ ਹੈ ਲਗਣੀ ਬਾਤ ਆ ਥੋੜੀ ਬਹੁਤ ਗਰਮੀ ਵੀ ਸਹਿਣ ਕਰਨੀ ਜ਼ਰੂਰੀ ਹੈ ਭਾਈ ਤੋਂ ਭਾਈ ਸਾਹਿਬ ਆਪ ਰੋਜ਼ ਕੀ ਸ਼ੋਪਿੰਗ ਕਰਨ ਲੱਗ ਰਹੇ ਹੋ 20 30 40000 ਰੁਪਏ ਰੋਜ਼ ਹੀ ਖਰਚਣ ਲੱਗ ਰਹੇ ਹੋ तो यो इतना पैसा करता हो दुनिया सोच रही ब उम्मीद बॉस दौरा बहुत पैसा है और आप सेठ के साथ में नु बिगा देओ किला बेच देओ किला बेच देओ दंदिया ना ना किला नु केनु हवाई किले के तो देख ले नाला मौजूद है बे मां बाप का अपन कुछ नहीं खोया भाई जो मां बाप ने अपना देया था वो नु को संभाल के रखया है अच्छा ठीक है आप दो मतलब ये किले के पीछे भी अपने मतलब माए मां यूज करा सारे आप तो अपनी कमाई पे जीरियां ले ले जो करे भाई अपना घर के अंदर जरूरी है मान आदर मान तो सारा माए की हाथ में भाग डोरा सारी ਬਾਕੀ ਆਪੇ ਤੋਂ ਆਪਣੀ ਮਿਹਨਤ ਕਰਕੇ ਸਾਰਾ ਇਹ ਸੇਵਿੰਗ ਤੋਂ ਆਪਣੇ ਰੱਖਣੀ ਜ਼ਰੂਰੀ ਹੈ ਲੇਕਿਨ ਖੋਇਆ ਕੁਛ ਨਹੀਂ ਆਪਣਾ ਜੋੜਿਆ ਹੈ ਭਾਈ ਜਿੰਨਾ ਵੀ ਉਸ ਤੋਂ ਅਮਿਤ ਭਾਈ ਸਾਹਿਬ ਜਿਵੇਂ ਪਹਿਲੇ ਆਪਨੇ ਘਰ ਬਣਾਇਆ 1 ਕਰੋੜ ਦਾ ਉਸਕੇ ਬਾਅਦ ਅਬ ਸਾਦੀ ਪਰ ਪੀ ਲਾ ਦੀਏ ਬੀਚਮਾਪ ਟੂਰ ਵੀ ਕੱਢ ਦੇ ਰਹੋ ਉਸਮੇ ਪੈਸੇ ਲੱਗ ਗਏ ਬਹੁਤ ਸਾਰੇ ਇਤਨਾ ਪੈਸਾ ਹੋਇਆ ਕਿੱਦ ਤਾ ਹੈ ਉਹ ਬਸ ਨਾ ਭਾਈ ਜੀ ਕੰਮ ਚੱਲੇ ਜਾ ਆਪਣਾ ਗੱਲ ਨਾ ਹਮ ਚੱਲੇ ਜਾ ਆਪਣਾ ਜਿਹੜਾ ਕਮਾਵਾ ਮੇ ਲਾ ਦਿਆ ਹਾਂ ਕੰਮ ਚੱਲ ਰਿਹਾ ਬਸ ਨੂੰ ਆਇਆ ਬਤਾ ਕੇ ਬਾਤ ਹੋਇਆ ਮਤਲਬ ਦੁਨੀਆ ਮੈਂ ਕਹੀਂ ਪਈ ਵੀ ਚਲੇ ਜਾਵਾ ਆਪੇ ਆਪਣ ਨੇ ਲੋਕ ਨੂੰ ਸੋਚਿਆ ਤਾਂ ਬਹੁਤ ਪੀਛਾ ਆਣਾ ਹੈ ਸਭ ਕੰਨ ਮਨ ਮੈਂ ਨਹੀਂ ਹੈ ਲੇਕਿਨ ਕੰਮ ਮੇ ਕੰਮ ਚੱਲ ਰਿਹਾ ਕੋਈ ਲੰਬੀ ਚੋੜੀ ਬਾਤ ਕੋ ਨਹੀਂ ਠੀਕ ਹੈ ਆਪਣਾ ਭਾਈ ਟੂਰ ਪੇ ਵਿਗ ਗਿਆ ਆਪਣਾ ਦੋ ਪੀਛੇ ਕਮਾ ਲਈਏ ਦੋ ਪੀਛੇ ਲੈ ਦਈਏ ਚਲੋ ਬੱਚਿਆ ਨਹੀਂ ਕੋਈ ਬਾਤ ਕੋ ਨਹੀਂ ਬਚਾਣ ਖਾਤਰ ਬਹੁਤ ਉਮਰ ਪੜੀ ਹੈ ਮੇਨ ਖਰਚੇ ਲਿਗੜ ਗਿਆ ਆਪਣਾ ਮਕਾਨ ਬਣ ਗਿਆ ਸਾਧੀ ਹੋ ਗਈ ਬਿਲਕੁਲ ਟੇਮ ਸਰਾ ਕਮਾਏ ਜਾਓ ਲੇਕਿਨ ਇੰਜੋਏ ਕਰਨਾ ਬਹੁਤ ਜ਼ਰੂਰੀ ਹੈ ਗਨ ਖਰੇ ਲੋਕ ਕਰੋੜ ਰੁਪਏ ਜੋੜਦੇ ਹੈ फिर बाद में कोई घटना हो जाए जिंदगी खत्म हो जाए ना तो इंजॉय कर पाते ना सुद लें जिंदगी के तो दुनिया में आयो दुनिया ने एक्सप्लोर करो देखो दुनियादारी में के चीज है किस तरह के लोग है किस तरह की विचारधारा किस तरह खाना हर एक चीज हर एक मोमेंट को जियो भाई मतलब टपाओ ना लगभग जैसे इंडिया में उन्नति स्टेट लगभग आप स्टेट कवर कर चुके बहुत जगह घूम चुके बहुत जगह जा लिया भाई मैं मतलब मुंबई गोवा साइड भी गया हूँ एमपी की साइड भी गया हूँ ग्वालियर जहाँ सीओगे आगरा वृंदावन कुल्लू मनाली लेह लद्दाख और भी बहुत सारी जगह आप जैसे आप चैनल पर वीडियो देखी थी आप ये भी बता रहे थे कि भाई जैसे ये तो इंडिया की बात होगी आप विदेशों में भी जाने की तैयारी कर रहे हो बिल्कुल भाई जी जल्दी ही थाईलैंड दुबई अच्छा। मलेशिया मालदीव ਅਫਰੀਕਾ ਨੇਪਾਲ ਬਹੁਤ ਸਾਰੀ ਜਗ੍ਹਾ ਜਾਏਗਾ ਹਾਂ ਏਸ਼ੀਆ ਦੀ ਜਿੰਨੀ ਵੀ ਕੰਟਰੀ ਲਗਭਗ ਕਵਰ ਕਰੋਗੇ ਹਾਂ ਮੋਸਟਲੀ ਜੋ ਫੇਮਸ ਹੈ ਉਹ ਤੋਂ ਬਾਕੀ ਸਾਰੀਆਂ ਵੱਡੀਆਂ ਆਪਣੀ ਜਗ੍ਹਾ ਲੇਕਿਨ ਜੋ ਵੀ ਥੋੜੀ ਨੂੰ ਮੈਂ ਟ੍ਰੈਂਡਿੰਗ ਮਰਾਵਾ ਥੋੜਾ ਠੰਡੇ ਇਲਾਕੇ ਹੈ ਸਾਰੀ ਜਗ੍ਹਾ ਜਾਏਗਾ ਹਾਂ ਵਾਧੀ ਰੇਧੀ ਅੱਗੇ ਲਾਈਵ ਸੋ ਵੀ ਹੋਇਆ ਗ੍ਰੈਂਡ ਭਗਵਾਨ ਦੇ ਦਾਤਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਕੈਨੇਡਾ ਮੈਂ ਹੋਰ ਦੌਰ ਵੀ ਆਵਾਂਗਾ ਭਾਈ ਟੇਮ ਸਾਰੇ ਆਵਾਂਗੇ ਲੇਕਿਨ ਟੇਮ ਲੱਗਾ ਟੇਮ ਲੈਣਾਂਗੇ ਟੇਮ ਲਾਣਾ ਪੜਾ ਜੈਸੇ ਭਾਈ ਪੂਜਾ ਆਪ ਰੀਲ ਬਣਾਓ ਪੂਜਾ ਆਪ ਵੀ ਸਾਥ ਮੈਂ ਜੋ ਆਪ ਵਾਲਾ ਸਟੰਟ ਹੈ ਉਹ ਉਹ ਕਰ ਰਿਹਾ ਸਾਥ ਮੈਂ ਮੈਂ ਬੰਦਾ ਠੀਕ ਨਹੀਂ ਨੁਗਾਇਆ ਕਰ ਖਰਬੂਜ਼ਾ ਨੇ ਦੇਖ ਕੇ ਖਰਬੂਜ਼ਾ ਰੰਗ ਬਦਲਿਆ ਕਰ ਲੇਕਿਨ ਆਪਣੀ ਥਿਉਰੀ ਔਰ ਸੋਚ ਐਸੀ ਹੈ ਕਿ ਮਤਲਬ ਜੋ ਆਪਣਾ अपना बिल्कुल तो यह चीज है लेकिन अपना पर क्यों है असर पड़ता किसी चीज हाँ। का क्योंकि अपने बड़े एक अलग सी दुनिया है अलग स्त्रियों का रहना लाइफ बिल्कुल बच्चा बच्चे, बच्चे बड़िया गलत बड़े बाकी जिंदगी सही जी रहे हैं यार लोग जिंदगी कैट रहे हैं हाँ। दूसरा चक्कर में दूसरा को दिखाना है दूसरा क्या दिखावा यार तेरी जिंदगी है भगवान ने की जिंदगी है जी ले सुने की फूकली बिल्कुल तो आप अपने मोमेंट है अपनी लाइफ अपना हिसाब अपने फैसला लिया करो इंजॉय कराया करो दूसरा का हिसाब तक तो मेरे भाई ना किसी का माड़ा ना करो खुश रखो दूसरा का हिसाब तक जिंदगी चलाओगे नहीं फिर जिंदगी जीने का मजा को नहीं आएगा धक्का हो जाएगा फिर बिल्कुल तो अभी जैसे छह लाख सब्सक्राइबर हो जाएंगे इंस्टा पर भी एक लाख फॉलोअर हो गए लेकिन अब भी वो है, सादा बना एक बार दिखा दे भाई खेत में खड़े हाँ लवर में वो सोलह रुपए चप्पल तो भाई साहब लोग जिसके पचास हजार सब्सक्राइबर भी हो जाए नहीं उसमें एटीट्यूड है जो है तो उन तो आपके कुछ कहना चाहोगे भाई जी देखो उनकी पर्सनल लाइफ है बाकी मैं टेम गल सीख जाएंगे जिस दिन व्यूअरशिप डबेगी फिर भाइयों की भी याद आएगी परिवार की याद आएगी फिर सारे मोमेंट याद हो भाई किस टाइम कौन गल था कि चीज हुई तेरा अगला लेकिन भाईचारा खराब ना करो और एटीट्यूड ना दिखाओ साफ सुथरा पारो अच्छी बात है लेकिन न्यू नहीं फुकरा पंथी नहीं सारा दन मतलब नु कह नहीं कई जने कह करें भाई या यार यारह की लुक देख देखू लाग गया नया नया पीसा आया थोड़ा भाई बिल्कुल तो फिर वह बात नया नया पीसा आ गया दिन कुंद रहा मेरे भाई डाउनफॉल भी आगा जो चीज़ें जरूरी है वो जरूरी है मैं नहीं क्या मैं कड़ियाँ ब्याह शादी में जाओ कड़ियाँ बाहर जाओ टेम का जरूरी है लेकिन मतलब माने चलो तेरी भी है पूजा मैन ले हाँ हाँ। वो उसकी मतलब एक अलग लाइफ है नई लाइफ है वही है कि शादी के बाद तो उसको इन्जॉय करना ज़रूरी है भाई उसके फूट बूट भी जरूरी है ਠੀਕ ਹੈ ਭਾਈ ਮੇਰੇ ਮੰਮੀ ਹੈ ਭਾਈ ਮਾ ਮਾਪ ਨੇ ਵੀ ਖੁਸ਼ ਰੱਖਿਆ ਭਾ ਮੰਮੀ ਕੇ ਵੀ ਬੜੀਆ ਸੂਟ ਬੋਟੂ ਦੁਆਵੋ ਬੜੀਆ ਹੈ ਇਹ ਮਤਲਬ ਮੈਂ ਸਰੂਤ ਹੈ ਸਿੰਪਲ ਸਾਰੇ ਹਾਂ ਯਾਰ ਮੇਰਾ ਆਪਾ ਵੀ ਸਿੰਪਲ ਰਹਿਰਦਾ ਮੈਂ ਮੇਰਾ ਆਪਾ ਹੀ ਕੋਪੀ ਹੁੰਦਾ ਲਰਬਾ ਬਿਲਕੁਲ ਤੋਂ ਉਸਕੇ ਵੀ ਇਸਾਈ ਭਾਈਚਾਰਾ ਸਭ ਗਲਾ ਭਾਈਚਾਰਾ ਨਹੀਂ ਖਰਾਬ ਹੋ ਗਿਆ ਆਪਾ ਨੇ ਵੀ ਭਾਈਚਾਰਾ ਖਰਾਬ ਨਹੀਂ ਕਰਿਆ ਦੂਸਰੀ ਬਾਤ ਉਹ ਵੀ ਜਮਨ ਨੂੰ ਦੇਸੀ ਤਰੀਕਾ ਤੇ ਰਹਿਰਦਾ ਤਾਂ ਆਪਣੇ ਵਿਚਾਰ ਉਸੇ ਵਰਗੇ ਆ ਮਤਲਬ ਸਾਰਾ ਬੈਰ ਵੀ ਟ੍ਰੈਂਡ ਫਿਰਕਾ ਸਾਰੀ ਦੁਨੀਆ ਦੇਖ ਕੇ ਨੂੰ ਲੱਗਿਆ ਆਪਣਾ ਘਰ ਬੜੀਆ ਹੈ আর ਸਿੰਪਲ ਰਹਿਣ ਨੂੰ ਸਵਾਦ ਆਣੀ ਦਿਲ ਤਾਂ ਖੁਸ਼ੀ ਮਿਲਿਆ ਬਿਲ ਮਜ਼ਾ ਆਂਦਾ ਯਾਰ ਮਨਨੇ ਤਾਂ ਜਿੰਨੂ ਅੱਛਾ ਲੱਗਿਆ ਨੇ ਮੈਂ ਪਜਾਮਾ ਵਿੱਚ ਤੇ ਵਿਆਹ ਵਿੱਚ ਪਜਾਮਾ ਪਹਿਰੇ ਬਿਜੇ ਹਾਂ ਕਿਉਂਕਿ ਲੋਕ ਮਨ ਮੇਰੀ ਇੱਜ਼ਤ ਕਰਨਾ ਲੋਕ ਮੈਂ ਲੋਕਾਂ ਦੀ ਇੱਜ਼ਤ ਕਰਾਂ ਕੱਪੜਿਆਂ ਦਾ ਕੀ ਹੋਇਆ ਕੱਪੜੇ ਦੋਸਾਗੇ ਹੋ ਜਾਏ ਭਾਈ ਸਾਫ਼ ਸੁਥਰੇ ਹੋਣੇ ਚਾਹੀਦੇ तो अब आगे जैसे एक बात और चली थी अब लगवा ही नहीं सामने कि आगे अपने सॉन्ग भी देखने को मिलेंगे हां सॉन्ग भी आएंगे जल्दी से सारे बढ़िया, काम बढ़िया, बढ़िया टॉप क्लास में भाई आपने ना लागेगा छोरा ने कुछ करे भाई चार्ज जो भाभी जी का इंट्रो है वो भी मतलब जन्मदिन पाप बता रहे हो बहुत बड़ा धमाका होने वाला है बिल्कुल भाई देखो कोशिश कर भाई 2 लाख का केक काटा भाई 2 लाख का हां तो देख को भाई 2 लाख का केक गण घरे का 2 लाख में शादी होछ है और उरे 2 लाख का केक केक आओगा सोच भी नहीं सकते

तो भाई बहुत जल्दी इंटरव्यू भी देखने का मिलेगा और भाई अमित भाई साहब बिजी लाइफ थी भाई ने इंटरव्यू दिया इसके लिए बहुत-बहुत धन्यवाद भाई थैंक यू भाई बिल्कुल डाउन टू अर्थ भाई मतलब कोई एटीट्यूड नाम की चीज नहीं 50000 सब्सक्राइबर वाला भी नुकायदे भाई नाम मेरा तो नु है लेकिन आज का टाइम 6 लाख सब्सक्राइबर वही भाई सारा वही प्यार यो ही बचाए भाई और कुछ नहीं सब बड़े-बड़े हो गए चलिए हरब चीज की यहां पे तो कुछ भी नहीं है अपना तो सौदा ही कुछ नहीं है यहां पे टाइम पास कर रहे हैं दुनिया में अपना ठीक अपनी जिंदगी जी रहे हैं भाईया ने खुश रखा परिवार ने खुश रखा बस अपना ठीक सैलरी जिंदगी तो भाई साहब लास्ट में अपने दो शब्द जो युवा साथी देख रहे हैं वीडियो को और जो आपके चाहे वाले हैं वो भाई अपना कमा कर खाओ नशा पता तो दूर रहो गिले शिकवे ख़त्म करो परिवार ने जोड़ कर रखो यही चीज़ है बिल्कुल जी तो भाई वीडियो आपने पूरी देख ली है अमित भाई साहब की आपकी क्या कुछ राय है अपनी राय कॉमेंट के नीचे जरूर कर दियो आए अमित बोस की आपने रील अच्छी लाग है डायलॉग अच्छे लगा कौन सा पार्ट आपने वीडियो आप बढ़िया लागो है वो बताया दियो ताकि दर्शकों ने पता लगता रहे और आगे मिलेंगे नई अपडेट के साथ तब तक के लिए जय हरियाणा जय भाईचारा